ਛੋਟਾ ਮੋਟਾ ਕਾਰਾ ਕੀਤਾ, ਪਿੰਡ ਦੀ ਕੁੜੀ ਦਾ ਵਿਆਹ ਤੜਵਾਇਆ ਜਾਂ ਪਿੰਡ ਛੱਡ ਕੇ ਚਲਾ ਜਾ ਕਿਤੇ? ਸਾਰਾ ਪਿੰਡ ਇਹੋ ਚਾਹੁੰਦਾ ਈ। ਤੂੰ ਦੱਸ ਕੀ ਚਾਹੁੰਦਾ ਬਾਪੂ? अच्छा मुंडा, तुमने अपना नाम क्या दसा था? साहब रंजा सिंह। वही रंजा जिसको साहबों के भाइयों ने बांट दिया था? वो तो मिर्जा सी। अरे जो भी है, मरे तो दोनों कंजर कामों में ही। ओ मुड़िया मुड़िया, ओ मूरो अगला उन्हें सीधी पुड़पुड़ी में गोली ठोकनी है। साहब बंदे माड़े नहीं जिएगे मेरे पोते। क्यों, तेरे को वहां जाते चाय के साथ बताना देते हैं? अरे जवान तुम कुछ खा पी लिया करो भाई, बड़े कमजोर से पार्टी हो गए। ਰਿਫਿਊਜੀਆਂ ਦਾ ਰਾਂਝਾ ਬੇਸਿਕਲੀ, ਰਿਫਿਊਜੀ ਜਿਹੜੇ ਰਿਫਿਊਜੀ ਫੈਮਿਲੀ ਨੂੰ ਕਰਦਾ ਰਾਂਝਾ ਸਿੰਘ ਉਹਦਾ ਨਾਂ ਹੈ। ਪਹਿਲੀ ਵਾਰੀ ਕਿਸੇ ਫਿਲਮ ਦੇ ਵਿੱਚ ਮੈਂ ਡਬਲ ਰੋਲ ਕਰ ਰਿਹਾ, ਡਬਲ ਰੋਲ। ਔਰ ਦੂਸਰਾ ਕਰੈਕਟਰ ਜਿਹੜਾ ਹੈ ਉਹ ਅਸੀਂ ਹਜੇ ਲੋਕਾਂ ਤੋਂ ਲੁਕੋਇਆ ਹੋਇਆ, ਨਾ ਟ੍ਰੇਲਰ 'ਚ ਦੱਸਿਆ ਨਾ ਹੀ ਆਪਾਂ ਦੁਬਾਰ 'ਚ ਦੱਸਿਆ, ਅਤੇ ਉਹ 26 ਤਰੀਕ ਨੂੰ ਪਤਾ ਲੱਗੂ ਲੋਕਾਂ ਨੂੰ ਕੀ ਹੈ। ਬਟ ਦੋਨੇ ਕਰੈਕਟਰ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਜ਼ਿੰਦਗੀ ਯਾਦ ਰਹਿੰਦੀਆਂ ਨੇ ਯਾਰ, ਤੇ ਇਹਦੇ ਲਈ ਕੁਛ ਨਹੀਂ ਸੀ ਬਿਕੋਜ਼ ਗਰਮੀ ਬਹੁਤ ਸੀਗੀ ਤੇ ਕੰਮ ਸਾਡਾ ਬਹੁਤ ਸਪੀਡ ਨਾਲ ਹੋ ਰਿਹਾ ਵਾ, ਇੰਨਾ ਬੈਠਣ ਦਾ ਟਾਈਮ ਨਹੀਂ ਮਿਲਦਾ ਸੀ ਸਾਡੇ ਦਿਨ ਅਸੀਂ ਸੀਨਸ ਕਰਦੇ ਸੀਗੇ, ਸ਼ਾਮ ਨੂੰ ਮੈਨੇ ਵੀ ਨਿਕਲ ਜਾਂਦੇ ਹੁੰਦੇ ਸੀ ਤੇ। ਬਟ ਇਹ ਸੀਗਾ ਕਿ ਸੈੱਟ ਦੇ ਮਾਹੌਲ ਬਹੁਤ ਵਧੀਆ ਸੀ, ਮੈਂ ਫਸਟ ਟਾਈਮ ਕਾਫੀ ਸੀਨੀਅਰ ਆਰਟਿਸਟ ਨੂੰ ਜਿਹੜੇ ਬਹੁਤ ਹੀ ਕੰਮ ਕਰ ਰਹੇ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰੋਸ਼ਨ ਪ੍ਰਿੰਸ। ਇਨਸਾਨ ਦੇ ਜੀਵਨ ਵਿੱਚ ਜਿਹੜੀਆਂ ਚੀਜ਼ਾਂ ਮਹੱਤਵਪੂਰਨ ਹੁੰਦੀਆਂ ਨੇ ਜ਼ਿੰਦਗੀ ਸੋਹਣੀ ਜ਼ਿੰਦਗੀ ਜਿਉਣ ਵਾਸਤੇ, ਉਹਨਾਂ 'ਚੋਂ ਇੱਕ ਜਿਹੜਿਆ ਉਹ ਹੈਗਾ ਜੀ ਸ਼ੁੱਧ ਵਾਤਾਵਰਣ। ਔਰ ਸ਼ੁੱਧ ਵਾਤਾਵਰਣ ਦੇ ਪਿੱਛੇ ਇੱਕ ਬਹੁਤ ਸੋਹਣੀ ਮੁਹਿੰਮ ਜਿਹੜੀ ਹੈ ਉਹ ਦੈਨਿਕ ਜਾਗਰਣ ਨੇ ਚਲਾਈ ਹੋਈ ਹੈ, ਪਰਾਲੀ ਨਹੀਂ ਜਲਾਵਾਂਗੇ ਵਾਤਾਵਰਣ ਬਚਾਵਾਂਗੇ। ਸੋ ਮੈਂ ਇਸ ਚੀਜ਼ ਨੂੰ ਸਪੋਰਟ ਕਰਦਾ, ਤੁਸੀਂ ਵੀ ਇਸ ਚੀਜ਼ ਨੂੰ ਜ਼ਰੂਰ ਅਪਣਾਓ, ਆਪਣੇ ਵਾਤਾਵਰਣ ਨੂੰ ਸ਼ੁੱਧ ਕਰੋ। ਸਤਿ ਸ਼੍ਰੀ ਅਕਾਲ ਜੀ, ਸਾਨਵੀ ਧੀਮਾਨ ਵੱਲੋਂ, ਅਤੇ ਦੈਨਿਕ ਜਾਗਰਣ ਦੀ ਮੁਹਿੰਮ ਹੈ ਜੀ ਪਰਾਲੀ ਨਹੀਂ ਜਲਾਵਾਂਗੇ ਵਾਤਾਵਰਣ ਨੂੰ ਬਚਾਵਾਂਗੇ। ਅਤੇ ਮੇਰੀ ਸਾਰੇ ਕਿਸਾਨਾਂ ਨੂੰ ਇਹ ਵੀ ਰਿਕੁਐਸਟ ਹੈ ਕਿ ਪਰਾਲੀ ਨਾ ਜਲਾਉਂਦੇ, ਆਪਣੇ ਵਾਤਾਵਰਣ ਨੂੰ ਸ਼ੁੱਧ ਪਰਾਲੀ ਨਹੀਂ ਜਲਾਵਾਂਗੇ ਵਾਤਾਵਰਣ ਬਚਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਅਵਤਾਰ ਸਿੰਘ। ਦੈਨਿਕ ਜਾਗਰਣ ਵੱਲੋਂ ਇਹ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਸੋ ਮੇਰੀ ਇਸ ਮੁਹਿੰਮ ਦੇ ਤਹਿਤ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਪਰਾਲੀ ਨਾ ਜਲਾ ਕੇ ਵਾਤਾਵਰਣ ਨੂੰ ਬਚਾ ਕੇ, ਹੈ ਨਾ, ਸਾਡਾ ਜਿਹੜਾ ਐਟਮੋਸਫੀਅਰ ਹੈ ਉਹਨੂੰ ਸਾਫ਼ ਸੁਥਰਾ ਰੱਖਣ 'ਚ ਸਹਾਇਤਾ ਕਰੋ। ਸਤਿ ਸ਼੍ਰੀ ਅਕਾਲ। ਮੈਂ ਤਾਂ ਜਦੋਂ ਦਾ ਆਪਣਾ ਮੂੰਹ ਕਿਸੇ ਬਗਾਨੇ ਧੜ ਤੇ ਦੇਖਿਆ, ਮੇਰੇ ਤਾਂ ਡੋਬੂ ਜੇ ਪਈ ਜਾਂਦੇ ਨੇ।